ਇਹ ਪਾਰਕ ਨੂੰ ਘੈਂਟ ਬਣਾਉਣ ਲਈ ਅਸੀਂ ਬਣਾਇਆ ਫਾਊਂਟੇਨ। ਹੁਣ ਤੁਸੀਂ ਦੇਖੋ ਸਾਡਾ ਓਪਨ ਬਾਰ ਪੇਂਟ, ਪਿਛਲੀ ਵੀਡੀਓ 'ਚ ਦੇਖਿਆ ਹੋਣਾ ਥੋੜ੍ਹਾ ਪੇਂਟ ਨਹੀਂ ਸੀਗਾ, ਅਸੀਂ ਪੇਂਟ ਵੀ ਕਰਾਤਾ ਇੱਥੇ ਅਤੇ ਥੱਲੇ ਫਲੋਰ ਵੀ ਬਹੁਤ ਵਧੀਆ ਬਣਾਤਾ। ਘੈਂਟ ਨਿੰਬੂ ਸੀਗੇ, ਜਿਹੜੇ ਨਿੰਬੂ ਸੀ ਨਾ ਕਾਗਜ਼ੀ ਨਿੰਬੂ ਆ ਇੰਨੇ, ਅਤੇ ਆਹ ਟੇਬਲ ਵੀ ਬਣਾਇਆ ਆਪਾਂ ਬੜਾ ਘੈਂਟ। ਜਿਹੜੇ ਸਾਡੇ ਵਰਨਾ ਦੇ ਟਾਇਰ ਉੱਤਰੇ ਸੀਗੇ ਉਹਨੂੰ ਅਸੀਂ ਉੱਪਰ ਥੱਲੇ, ਇੱਥੇ ਪੂਰੀ ਲੱਗੂਗੀ ਲਾਈਟਿੰਗ ਨਹੀਂ। ਇਹਦੇ ਵਿੱਚ ਜਿੱਦਾਂ ਗਣੇ ਸ਼ੁਰੂ ਹੋ ਗਏ ਆ ਜੀ ਪੀਚ। ਚੱਲ ਜੀ, ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ। ਬੜੇ ਦਿਨ ਬਾਅਦ ਅੱਜ ਬਲੌਗ ਆ ਰਿਹਾ ਜੀ, ਅਤੇ ਹੋਰ ਸੁਣਾਓ ਕਿਵੇਂ ਹੋ? ਹੋਪ ਸੋ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ। ਅਤੇ ਆਪਣਾ ਓਪਨ ਬਾਰ 90% ਰੈਡੀ ਹੋ ਚੁੱਕਾ ਬਣ ਕੇ, ਅਤੇ ਆ ਜਾਓ ਤੁਹਾਨੂੰ ਆਪਾਂ ਓਪਨ ਬਾਰ ਦੇ ਝਾਕੇ ਵਾਕੇ ਦਿਖਾਉਂਦੇ ਹਾਂ। ਪਾਰਕ ਨੂੰ ਘੈਂਟ ਬਣਾਉਣ ਲਈ ਅਸੀਂ ਬਣਾਇਆ ਫਾਊਂਟੇਨ। ਬਹੁਤ ਕੋਸਟਲੀ ਆਉਂਦੇ ਆ ਇਹ, ਬਟ ਆਪਾਂ ਆਪਣੇ ਦੇਸੀ ਤਰੀਕੇ ਨਾਲ ਬਣਾਇਆ ਤਾਂ ਬਹੁਤ ਵਧੀਆ ਲੱਗਦਾ ਹੈ। ਰਾਤ ਨੂੰ ਜਦੋਂ ਲਾਈਟਾਂ ਲੁਈਟਾਂ ਚੱਲਦੀਆਂ ਬੜਾ ਘੈਂਟ ਲੱਗਦਾ ਹੈ, ਅਤੇ ਇੱਥੇ ਟਾਈਲਾਂ ਲਾ ਕੇ ਅਤੇ ਵਿੱਚ ਵੀ ਟਾਈਲਾਂ ਲਾ ਕੇ ਬਹੁਤ ਸੋਹਣਾ ਬਣਿਆ। ਅਤੇ ਦੱਸਿਓ ਕਿਹੋ ਜਿਹਾ ਬਣਿਆ ਇਹ? ਆਪਣੇ ਵੱਲੋਂ ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ ਇਹਨੂੰ ਬਣਾਉਣ ਲਈ, ਅਤੇ ਪੂਰਾ ਯਾਨੀ ਕਿ ਫਲੋ ਪੂਰਾ ਆਉਂਦਾ ਇਹਦੇ 'ਤੇ। ਇਹਦੇ ਵੀ ਇੱਕ ਦੋ ਕੰਮ ਰਹਿੰਦੇ ਆ ਇੱਥੇ, ਥੋੜ੍ਹੀ ਜਿਹੀ ਡੈਕੋਰੇਸ਼ਨ ਰਹਿੰਦੀ ਹੈ ਇਹਦੇ 'ਤੇ, ਅਤੇ ਇਹ ਵੀ ਆਪਾਂ ਪੂਰਾ ਕੰਪਲੀਟ ਕਰਾਂਗੇ। ਹੁਣ ਫਲੋ ਘਟਾਇਆ, ਹੁਣ ਥੋੜ੍ਹਾ ਜ਼ਿਆਦਾ ਵਧੀਆ ਚੱਲਦਾ ਆ, ਅਤੇ ਜਦੋਂ ਤੇਜ਼ ਕਰੋ ਅਤੇ ਫਿਰ ਥੋੜ੍ਹਾ ਜਿਹਾ ਪਾਣੀ ਜ਼ਿਆਦਾ ਸਿੱਧਾ ਆ ਜਾਂਦਾ। ਅਤੇ ਆਹ ਟੇਬਲ ਵੀ ਬਣਾਇਆ ਆਪਾਂ ਬੜਾ ਘੈਂਟ। ਜਿਹੜੇ ਸਾਡੇ ਵਰਨਾ ਦੇ ਟਾਇਰ ਉੱਤਰੇ ਸੀਗੇ ਉਹਨੂੰ ਅਸੀਂ ਉੱਪਰ ਥੱਲੇ ਕਰਕੇ ਅਤੇ ਵਿੱਚ ਲਾ ਤੀ ਟਾਇਲ, ਅਤੇ ਹੁਣੇ ਬ੍ਰੇਕਫਾਸਟ ਕਰਕੇ ਹਟੇ ਹਾਂ। ਬੜਾ ਨਜ਼ਾਰਾ ਆਇਆ ਬਾਹਰ ਬ੍ਰੇਕਫਾਸਟ ਕਰਨ ਦਾ। ਲਓ ਜੀ, ਹੁਣ ਤੁਸੀਂ ਦੇਖੋ ਸਾਡਾ ਓਪਨ ਬਾਰ ਪੇਂਟ। ਪਿਛਲੀ ਵੀਡੀਓ 'ਚ ਦੇਖਿਆ ਹੋਣਾ ਥੋੜ੍ਹਾ ਪੇਂਟ ਨਹੀਂ ਸੀਗਾ, ਅਸੀਂ ਪੇਂਟ ਵੀ ਕਰਾਤਾ ਇੱਥੇ ਅਤੇ ਥੱਲੇ ਫਲੋਰ ਵੀ ਬਹੁਤ ਵਧੀਆ ਬਣਾਤਾ, ਅਤੇ ਵਾਈਟ ਕਲਰ ਦੀਆਂ ਲਾ ਤੀਆਂ ਥੱਲੇ ਟਾਈਲਾਂ, ਅਤੇ ਇੱਧਰ ਗੱਦੀਆਂ ਵੀ ਪੈ ਗਈਆਂ ਪੂਰੀਆਂ, ਅਤੇ ਇਹ ਵੀ ਪੇਂਟ ਹੋ ਗਏ ਆ। ਗੱਦੀ ਵੀ ਬਹੁਤ ਵਧੀਆ, ਯਾਨੀ ਕਿ ਬਹੁਤ ਕੰਫਰਟੇਬਲ ਆ, ਬਹਿ ਕੇ ਐਨ ਵਧੀਆ ਲੱਗਦਾ ਹੁਣ। ਅਤੇ ਬਾਹਰ ਬਹਿਣ ਦਾ ਯਾਨੀ ਕਿ ਜਿਹੜਾ ਅਗਲਾ ਕੰਸੈਪਟ ਆ, ਅਤੇ ਉਹ ਤੁਹਾਨੂੰ ਜਲਦੀ ਅਸੀਂ ਕਿਸੇ ਵੀਡੀਓ 'ਚ ਦਿਖਾਵਾਂਗੇ। ਇੱਥੇ ਯਾਨੀ ਕਿ 3, 6, 8 ਕੁ ਬੰਦੇ ਬਹਿ ਜੂਗੇ ਵਧੀਆ, ਹੈ ਨਾ? 8-10 ਬੰਦੇ ਬਹਿ ਜੂਗੇ, 1-2 ਬੰਦੇ ਇੱਥੇ ਵੀ ਆਪਾਂ ਲਾ ਸਕਦੇ ਹਾਂ ਟੇਬਲ, ਅਤੇ ਟੇਬਲ ਉਹ ਹੀ ਲਾਵਾਂਗੇ ਆਪਾਂ, ਉਹ ਵਾਲੇ ਆਪਣੇ ਨਵਾਂ। ਚਲੋ ਟੇਬਲ ਨਵਾਂ ਬਣਾ ਲਾਂਗੇ, ਘੈਂਟ ਗੱਲਬਾਤ ਬਣੂਗੀ। ਇੱਥੇ ਪੂਰੀ ਲੱਗੂਗੀ ਲਾਈਟਿੰਗ ਨਹੀਂ, ਇਹਦੇ ਵਿੱਚ ਜਿੱਦਾਂ ਆਹ ਵਾਲੀ ਚੀਜ਼ ਹੈ ਨਾ ਆਪਣੇ, ਇਹਦੇ ਸਿੰਗਲ ਸਿੰਗਲ ਚੀਜ਼ ਦੇ ਵਿੱਚ ਜੇ LED ਲੱਗ ਜਾਏ ਤਾਂ ਬਹੁਤ ਵਧੀਆ ਰਹਿਣ। ਬਲਬ ਲਾਓ, ਵੱਡੀ ਲਾਈਟ ਲਾਉਣ ਦੀ ਲੋੜ ਨਹੀਂ, ਫਿਰ ਛੋਟੀ ਲਾਈਟ ਨਾਲ ਬਹੁਤ ਵਧੀਆ ਹੋ ਜੂਗਾ। ਇੱਥੇ ਜਦੋਂ ਟੇਬਲ ਲੱਗ ਗਿਆ ਟਾਈਲਾਂ ਵੀ ਵਧੀਆ ਲੱਗ ਗਈਆਂ, ਮਜ਼ਬੂਤ ਕੰਮ ਹੋ ਗਿਆ, ਨਹੀਂ ਤਾਂ ਘਾਹ ਦੇ ਉੱਤੇ ਨਾ ਥੋੜ੍ਹਾ ਬਹੁਤਾ ਟੇਬਲ ਕਈ ਵਾਰੀ ਉੱਪਰ ਥੱਲੇ ਹੁੰਦਾ ਰਹਿੰਦਾ, ਸੋ ਇਸ ਕਰਕੇ ਬਹੁਤ ਵਧੀਆ ਬਣ ਗਿਆ। ਆਲਮੋਸਟ ਡਨ ਆ, ਥੋੜ੍ਹਾ ਬਹੁਤ ਹੁਣ ਡੈਕੋਰੇਸ਼ਨ ਦਾ ਚੀਜ਼ਾਂ ਰਹਿ ਗਈਆਂ। ਉੱਧਰ ਮੈਨੂੰ ਲੱਗਦਾ ਪਾਣੀ ਜ਼ਿਆਦਾ ਤੇਜ਼ ਆ ਅਤੇ ਭਰ ਗਿਆ, ਓਵਰਫਲੋ ਵੀ ਹੋ ਸਕਦਾ ਕਿ ਨਹੀਂ? ਹਾਲੇ ਇੱਥੇ ਮੋਟਰ ਲੱਗਣੀ, ਹਾਲੇ ਇੱਥੇ ਲੱਗਣੀ ਹੈ ਜੀ ਇੱਕ ਮੋਟਰ, ਅਤੇ ਉਹ ਮੋਟਰ ਹੀ ਉੱਪਰ ਜਾਊਗਾ ਪਾਣੀ, ਉਹੀ ਥੱਲੇ ਆਊਗਾ, ਫਿਰ ਰੋਟੇਸ਼ਨ ਇੱਦਾਂ ਹੀ ਚੱਲਦੀ ਰਹੂਗੀ, ਕਿਉਂਕਿ ਹਾਲੇ ਅਸੀਂ ਮੋਟਰ ਦੂਜੀ ਲਾਈ ਆ ਆਪਣੀ ਘਰ ਵਾਲੀ, ਮੋਟਰ ਦਾ ਪਾਈਪ ਲਾਇਆ ਸੀਗਾ, ਅਤੇ ਜਲਦੀ ਇਹ ਵੀ ਹੋ ਜੂਗਾ। ਅਤੇ ਆਹ ਵੀ ਆਪਣਾ ਜਿਹੜਾ ਟੇਬਲ ਸੀਗਾ ਇਹਨੂੰ ਅਸੀਂ ਉੱਪਰ ਥੱਲੇ ਕਰ ਸਕਦੇ, ਇੱਕ ਟਾਇਰ ਕੱਢ ਕੇ ਅਤੇ ਉੱਪਰ ਉਸ ਹਿਸਾਬ ਨਾਲ ਕਰ ਦਿੰਦੇ, ਅਤੇ ਉੱਥੇ ਜਦੋਂ ਬੈਠ ਨਾਲੇ ਝੂਲੋ ਅਤੇ ਬਹੁਤ ਨਜ਼ਾਰਾ ਆਉਂਦਾ ਰੋਟੀ ਪਾਣੀ ਖਾਣ ਦਾ। ਅਤੇ ਕਿਚਨ ਵੀ ਸਾਡੀ ਰਹਿ ਗਈ ਆ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਸੀਗਾ ਕਿ ਕਿਚਨ ਆਪਣੇ ਥੋੜ੍ਹੀ ਜਿਹੀ ਰਹਿੰਦੀ ਸੀਗੀ। ਕਿਚਨ ਦਾ ਵੀ ਲੈਂਟਰ ਪੈ ਚੁੱਕਾ, ਹੁਣ ਤਾਂ ਖੁੱਲ੍ਹਣ ਵਾਲਾ ਉਹਦਾ, ਅਤੇ ਇੱਥੇ ਥੱਲੇ ਬਣਨੇ ਉਹਦੇ ਡਰੋਲ, ਅਤੇ ਇੱਥੇ ਪੂਰਾ ਓਪਨ ਕਿਚਨ ਹੋ ਗਈ ਇੱਦਾਂ ਇੱਦਾਂ ਪੁਸ਼ਅਪ ਹੋਣ ਵਾਲੀ, ਅਤੇ ਇੱਦਾਂ ਬਣਾਵਾਂਗੇ ਇਹਨੂੰ। ਅਤੇ ਲੈਂਟਰ ਪੈ ਗਿਆ ਹੋਇਆ, ਇੱਥੇ ਵੀ ਲੈਂਟਰ ਪੈ ਗਿਆ, ਖੁੱਲ੍ਹਣ ਵਾਲਾ ਇੱਕ ਅੱਧੇ ਦਿਨ 'ਚ, ਬਸ ਇਹਦਾ ਰਹਿ ਗਿਆ ਕੰਮ ਥੋੜ੍ਹਾ ਜਿਹਾ। ਅਤੇ ਬਾਕੀ ਕਿੱਦਣ ਕਹਿੰਦਾ ਆਉਣਾ ਉਹ? ਵੀਹ ਤਰੀਕ ਰਹਿ ਗਏ ਹਫ਼ਤਾ, ਫਿਟਿੰਗ ਵਗੈਰਾ ਹੋਊਗੀ ਸਾਰੀ।
ਫਾਉਂਟਨ ਦੇਖੋ ਕਿੰਨਾ ਘੈਂਟ ਕਰਦਾ, ਜਦੋਂ ਗਰਮੀ ਹੋਵੇ ਮਾੜਾ ਦੇਖ ਕੇ ਬੰਦੇ ਦਾ ਮਨ ਖੁਸ਼ ਹੋ ਜਾਂਦਾ। ਗੋਲਡਨ ਫਿਸ਼ ਰਾਤ ਨੂੰ ਫੜ ਕੇ, ਰਾਤ ਨੂੰ ਨਾਲ ਹੀ ਸਿੱਧੀ ਆਪਾਂ ਤੰਦੂਰੀ ਤਾਜ਼ੀ ਤਾਜ਼ੀ ਐਨ ਫਰੈਸ਼ ਫਿਸ਼ ਆਪਾਂ ਜਾਣੀ ਕਿ ਇੱਥੇ ਨਾਲ ਹੀ ਚੱਕ ਕੇ ਨਾਲ ਹੀ ਦੋਸਤ ਕਹਿਣਾ ਸੌਖਾ ਪਰ ਇੱਦਾਂ ਕਰਨਾ ਬਹੁਤ। ਗੋਭੀ ਦੇ ਵੀ ਦੇਖੋ ਫੁੱਲ ਲੱਗ ਗਏ, ਹਾਲੇ ਤਾਂ ਸਾਨੂੰ ਪ੍ਰਪਰੇਸ਼ਨ ਸਫਾਈ ਚੱਲਦੀ ਪਈ ਆ ਅਤੇ ਗਾਰਡਨ ਥੋੜ੍ਹਾ ਜਿਹਾ ਗੰਦਾ, ਜਦੋਂ ਐਨ ਕਲੀਨ ਹੋ ਗਿਆ ਪੂਰਾ ਫਿਰ ਤੁਹਾਨੂੰ ਪ੍ਰੋਪਰ ਵੀਡੀਓ ਅਸੀਂ ਦਿਖਾਵਾਂਗੇ ਇਹਦੀ। ਅਤੇ ਇੱਧਰ ਬੂਟਿਆਂ 'ਤੇ ਦੇਖੋ ਕਿੰਨੀ ਹਰਿਆਲੀ ਛਾਈ ਪਈ ਆ, ਨਿੰਬੂ ਲੱਗੇ ਸੀਗੇ ਬਹੁਤ ਘੈਂਟ ਨਿੰਬੂ ਸੀਗੇ, ਜਿਹੜੇ ਨਿੰਬੂ ਸੀ ਨਾ ਕਾਗਜ਼ੀ ਨਿੰਬੂ ਆ ਇੰਨੇ ਕੁ ਜ਼ਿਆਦਾ ਮਤਲਬ ਰਸ ਜਿੱਦਾਂ ਇੱਕ ਹੁੰਦਾ ਨਾ ਖਟਾਸਪਨ, ਖਟਾਸਪਨ ਨਹੀਂ ਸੀਗਾ, ਐਨ ਫਰੈਸ਼ ਔਰਗੈਨਿਕ ਨਿੰਬੂ ਸੀ। ਅਤੇ ਇਹ ਤਾਂ ਚੀਕੂ ਲੱਗਣਗੇ, ਇਹੋ ਜਿਹਾ ਗਾਰਡਨ ਆ ਵੀ। ਆਹ ਕਾਹਦਾ ਸੀਗਾ? ਆੜੂ ਪੀਚ ਲੱਗਣੇ ਸ਼ੁਰੂ ਹੋ ਗਏ ਆ ਜੀ, ਪੀਚ ਜਿੱਦਾਂ ਹੁਣ ਘਰ ਦਾ ਫਰੈਸ਼ ਫਰੂਟ ਖਾਵਾਂਗੇ ਆਪਾਂ। ਇੱਥੇ ਉਹ ਵੀ ਲਾਈ ਸੀਗੀ ਕੈਬੇਜ, ਚਾਈਨੀਜ਼ ਕੈਬੇਜ ਲਾਈ ਸੀਗੀ, ਬੜੀ ਹੋਈ ਵੀ ਇੰਨੀ ਕੁ ਸੀਗਾ ਕਿ ਸਰਦੀਆਂ 'ਚ ਬੜੀ ਚਾਈਨੀਜ਼ ਕੈਬੇਜ ਖਾਧੀ ਅਤੇ ਇਸ ਵਾਰੀ ਹੁਣ ਲਾਈ ਨਹੀਂ ਆਪਾਂ। ਅਤੇ ਆਹ ਵੀ ਬੂਟਾ ਬਹੁਤ ਸੋਹਣਾ, ਅਤੇ ਆਓ ਤੁਹਾਨੂੰ ਮੈਂ ਦਿਖਾਉਣਾ ਅੱਜ ਫਿਰ ਪਿੰਡ ਦਾ ਮਾਹੌਲ। ਅਤੇ ਉਹ ਬਾਈ ਪਤਾ ਨਹੀਂ ਕੀ ਕਰੀ ਜਾਂਦਾ ਯਾਰ ਮੋਟਰ 'ਤੇ ਬਹਿ ਕੇ, ਇਹ ਜਾਂਦਾ ਜੀ ਬੰਨ। ਇਹਦੀ ਵੀ ਤੁਹਾਨੂੰ ਮੈਂ ਆਉਣ ਵਾਲੇ ਟਾਈਮ 'ਚ ਵੀਡੀਓ ਦਿਖਾਊਂਗਾ, ਸਵੇਰੇ ਸੈਰ ਕਰਨ ਦਾ ਬਹੁਤ ਮਜ਼ਾ ਆਉਂਦਾ ਬੰਨ 'ਤੇ, ਅਤੇ ਡਰੋਨ ਤੋਂ ਤੁਹਾਨੂੰ ਦਿਖਾਊਂਗਾ ਵੀਡੀਓ। ਅਤੇ ਕਣਕ ਦੇਖੋ ਐਨ ਪੂਰੀ ਤਿਆਰ ਹੋ ਚੁੱਕੀ ਆ, ਬਸ ਹੁਣ ਪੱਕਣ ਦੀ ਤਿਆਰੀ ਆ। ਦੇਖੋ ਜੀ ਸ਼ਿਕਾਰੀ ਕਿੱਥੇ ਚੜਿਆ, ਅੱਜ ਕੁਛ ਨਹੀਂ ਮਿਲਣਾ ਭਾਈ, ਰਾਤ ਨੂੰ ਆਈ, ਰਾਤ ਨੂੰ ਹੁੰਦਾ ਸਾਡੇ ਕੋਲ, ਸਵੇਰੇ ਕੁਛ ਨਹੀਂ, ਸਵੇਰੇ ਸ਼ੁੱਧ ਵੈਸ਼ਨੋ। ਤੁਸੀਂ ਦੇਖੋ ਪਿੰਡਾਂ 'ਚ ਇੱਦਾਂ ਹੁੰਦਾ, ਦੇਖੋ ਉਹ ਵਾਲੇ ਪਿੰਡ ਦੇ ਵਿੱਚ ਨਾ, ਮੈਂ ਤੁਹਾਨੂੰ ਦਿਖਾਉਂਦਾ ਉਹ ਵਾਲੇ ਪਿੰਡ ਦੇ ਵਿੱਚ ਕੀਰਤਨ ਚੱਲਦਾ ਪਿਆ ਜਿੱਥੇ ਉਹ ਗੁਰਦੁਆਰਾ ਸਾਹਿਬ ਦਿਖਦਾ, ਅਤੇ ਉਹ ਹੈਗਾ ਬਰਚੂਈ, ਉੱਥੇ ਕੀਰਤਨ ਚੱਲਦਾ ਪਿਆ ਅਤੇ ਇੱਥੇ ਕੀਰਤਨ ਸੁਣਦਾ ਪਿਆ, ਬਹੁਤ ਆਨੰਦ ਆਉਂਦਾ, ਮਿੱਠੀ ਮਿੱਠੀ ਆਵਾਜ਼ ਜਦੋਂ ਸਵੇਰੇ ਉੱਠ ਕੇ ਤੁਸੀਂ ਤੁਹਾਨੂੰ ਸੁਣਦੀ ਆ ਤੁਹਾਡੇ ਕੰਨੀ ਪੈਂਦੀ ਹੈ ਗੁਰਬਾਣੀ, ਅਤੇ ਬਹੁਤ ਹੀ ਆਨੰਦ ਆਉਂਦਾ ਆ। ਅਤੇ ਇਹੋ ਜਿਹੀ ਗੱਲਬਾਤ ਆ, ਅਤੇ ਗੈਰਜ 'ਚ ਪੂਰਾ ਗੰਦ ਪਿਆ, ਜੋ ਸਮਾਨ ਸੀਗਾ ਗੈਰਜ 'ਚ ਇੱਦਾਂ ਰੱਖਿਆ ਵਾ, ਅਤੇ ਥਾਰ ਵੀ ਦੇਖੋ ਆਪਣੀ ਕਿੰਨੀ ਗੰਦੀ ਹੋਈ ਪਈ ਆ, ਅਤੇ ਰਜ਼ੋਈ ਦੀ ਉਹ ਮੈਂ ਦੇਖਿਆ ਜੈਕਟ ਇੱਥੇ ਟੰਗੀ ਆ, ਅਤੇ ਰਜ਼ੋਈ ਦੇ ਅੰਦਰ ਜੈਕਟ ਰਾਤੀ ਲੱਭਦੇ ਸੀ ਜੈਕਟ, ਅਤੇ ਇਹੋ ਜਿਹੀ ਗੱਲ ਆ, ਬੁਲਟ ਵੀ ਕਾਫੀ ਗੰਦਾ ਆਪਣਾ। ਚਲੋ ਚਲੀਏ, ਹੁਣ ਟਾਈਮ ਹੋ ਗਿਆ ਥੋੜ੍ਹਾ ਜਿਹਾ ਜ਼ਿਆਦਾ, ਅਤੇ ਮੈਂ ਚੱਲਾ ਸੀਗਾ ਸ਼ੋਪ 'ਤੇ। ਇਹੋ ਜਿਹੀ ਗੱਲਬਾਤ ਸੀ, ਇਹੋ ਜਿਹਾ ਬਲੌਗ ਸੀ ਅੱਜ, ਮੈਂ ਤੁਹਾਨੂੰ ਇਹੀ ਅਪਡੇਟ ਕਰਨਾ ਸੀਗਾ, ਅਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ।